ਅਸਲਾਮ ਵਾਲੇਕਮ ਦੋਸਤੋ, ਕੈਸੇ ਹੋ? ਉਮੀਦ ਕਰਦੇ ਹਾਂ ਸਾਰੇ ਦੋਸਤ ਮਾਸ਼ਾਅੱਲਾ ਠੀਕ ਹੋਣਗੇ। ਸਾਡਾ ਟ੍ਰਿਪ ਸੀਗਾ ਜੀ, ਅੱਜ ਜਾ ਰਹੇ ਸਕਰਦੂ ਦੋਸਤਾਂ ਦੇ ਨਾਲ। ਸੁਬਾਹ ਚੱਲੇ ਸੀ 4 ਵਜੇ, 5 ਵਜੇ ਨਿਕਲੇ ਸੀ ਬਿਹਾਰੀ ਚੱਕਰੀ ਇਸਲਾਮਾਬਾਦ ਨਜ਼ਦੀਕ ਪਹੁੰਚ ਗਏ ਅਲਹਮਦੁਲਿਲਾ। ਬਾਕੀ ਦੋਸਤਾਂ ਦਿਖਾਉਣੇ ਸਾਰੀ ਸੂਰਤ ਹਾਲ, ਜਾ ਕੇ ਕਿੰਨਾ ਖਰਚਾ ਆਇਆ ਟ੍ਰਿਪ 'ਤੇ, ਪੈਟਰੋਲ ਕਿੰਨਾ ਲੱਗਾ, ਕਿੰਨੇ ਕਿਲੋਮੀਟਰ ਗੱਡੀ ਚੱਲੀ। ਸਕਰਦੂ ਜਾਣਾ ਰਾਸਤਾ ਨਰਾਨ। ਬਾਕੀ ਦੋਸਤਾਂ ਸਾਰੀ ਸੂਰਤ ਹਾਲ ਦਿੰਦੇ ਹਾਂ, ਦੋਸਤ ਅਹਬਾਬ ਨਾਲ ਹੈਗੇ ਨੇ। ਚੌਧਰੀ ਨੌਮੀ ਸਾਹਿਬ, ਚੌਧਰੀ ਨਸਾਰ ਸਾਹਿਬ, ਸ਼ੇਖ ਸਾਹਿਬ, ਫਾਹਾ ਸਾਹਿਬ, ਪੱਟੀ ਮੋਨੀ ਪੱਟੀ ਸਾਹਿਬ, ਬਿਹਾੜੀ ਦੀ ਮਸ਼ਹੂਰ ਗਰੁੱਪ ਹਸਤੀਆਂ। ਇਨਸ਼ਾਅੱਲਾ ਪਹੁੰਚ ਗਏ ਦੋਸਤਾਂ ਸਾਰੀ ਸੂਰਤ ਹਾਲ ਦਿੰਦੇ ਹਾਂ, ਰਸਤੇ ਦੀ ਤਫਸੀਲੀ ਸੂਰਤ ਹਾਲ ਔਰ ਕਿਹੜੇ ਕਿਹੜੇ ਪੁਆਇੰਟ ਵਿਜ਼ਿਟ ਕੀਤੇ ਅਸੀਂ ਇਸ ਤੌਰ ਔਰ ਸਕਰਦੂ ਵਾਲੀ ਸਾਈਡ 'ਤੇ ਜਾਣਾ ਹੈਗਾ। ਸਾਰੇ ਦੋਸਤਾਂ ਨੂੰ ਇੰਜੋਏ ਕਰ ਰਹੇ ਹਾਂ, ਨਾਲ ਨਾਲ ਦੋਸਤਾਂ ਨੂੰ ਰੱਖਦੇ ਹਾਂ, ਨਾਲ ਜੁੜੇ ਰਿਹਾ ਜੇ। ਵਲੌਗ ਐਂਡ ਤੱਕ ਵੇਖਿਆ ਜੀ ਦੋਸਤੋ, ਸਾਰੀ ਤਫਸੀਲ ਦੋਸਤਾਂ ਨੂੰ ਦਿਖਾਵਾਂਗੇ, ਸੈਰ ਕਰਾਵਾਂਗੇ ਨਾਲ। ਤਕਰੀਬਨ 5 ਵਜੇ ਅਸੀਂ ਨਿਕਲ ਪਏ ਸੀ ਵਿਹਾੜੀਓਂ ਇਸਲਾਮਾਬਾਦ ਵਾਸਤੇ। 24 ਵਾਲੇ ਪੁਲ ਤੋਂ ਆ ਕੇ ਪਾਇਆ ਪੈਟਰੋਲ ਵਿਹਾੜੀਓਂ, 2-3 ਕਿਲੋਮੀਟਰ, 13,000 ਦਾ ਪਿਆ ਪੈਟਰੋਲ ਟੈਂਕ, ਤਕਰੀਬਨ ਖਾਲੀ ਸੀਗਾ, ਟੈਂਕ ਫੁੱਲ ਕਰਵਾ ਲਿਆ। ਸਾਡੇ ਅਕਾਊਂਟੈਂਟ ਹੈਗੇ ਨੇ ਜਨਾਬ ਸ਼ੇਖ ਫਾਹਦ ਸਾਹਿਬ, ਸਾਰੇ ਪੈਸੇ ਦੋਸਤਾਂ ਜਿੰਨੇ ਵੀ ਇਹਨਾਂ ਨੂੰ ਜਮ੍ਹਾਂ ਕਰਵਾ ਦਿੱਤੇ, ਬਾਕੀ ਹਿਸਾਬ ਤੋਂ ਐਂਡ 'ਤੇ ਕਰਾਂਗੇ ਕਿੰਨਾ ਖਰਚਾ ਆਇਆ, ਸਾਰਾ ਦੋਸਤਾਂ ਨੂੰ ਦੱਸਾਂਗੇ ਐਂਡ 'ਤੇ ਪੈਟਰੋਲ ਦਾ ਕਿੰਨਾ ਖਰਚਾ ਆਇਆ, ਕਿੰਨੇ ਕਿਲੋਮੀਟਰ ਸਫ਼ਰ ਕੀਤਾ, ਖਾਣ ਪੀਣ ਦਾ ਕਿੰਨਾ ਆਇਆ, ਟੋਟਲ ਰਹਿਣ ਦਾ, ਹੋਟਲਿੰਗ ਦਾ ਕਿੰਨਾ ਖਰਚਾ ਹੈਗਾ। ਤਕਰੀਬਨ ਇੱਥੋਂ ਪੈਟਰੋਲ ਪਵਾ ਕੇ ਨਿਕਲਣ ਲੱਗੇ ਹਾਂ ਅਲਹਮਦੁਲਿਲਾ, 5 ਕੁ ਦਾ ਟਾਈਮ ਹੋ ਗਿਆ ਇੱਥੇ। ਤਕਰੀਬਨ ਮੋਟਰ 'ਤੇ ਚੜ੍ਹਨ ਵਾਲੇ ਹੀ ਹਾਂ, ਅਬਦੁਲ ਹਕੀਮ ਇੰਟਰਚੇਂਜ ਤੋਂ ਮੋਟਰ 'ਤੇ ਚੜ੍ਹਨਾ ਹੈਗਾ ਇਸਲਾਮਾਬਾਦ ਵਾਸਤੇ। ਫਿਲਹਾਲ ਐਡੀ ਧੁੱਪ ਨਹੀਂ ਨਿਕਲੀ, ਤਕਰੀਬਨ ਕੋਈ 8 ਕੁ ਦਾ ਟਾਈਮ ਹੋ ਗਿਆ ਵਾ, 1.5 ਘੰਟਾ ਲੱਗ ਜਾਂਦਾ ਮੋਟਰ 'ਤੇ ਤੱਕ ਪਹੁੰਚਦਿਆਂ, ਤਕਰੀਬਨ ਕਰੀਬ ਹੈਗੇ ਹੁਣ ਤਾਂ। ਸੜਕ ਵੀ ਮਾਸ਼ਾਅੱਲਾ ਕਾਫੀ ਬਣ ਗਈ ਹੈ, ਪਹਿਲਾਂ ਸੜਕ ਬਹੁਤ ਗੰਦੀ ਸੀਗੀ ਅਬਦੁਲ ਹਕੀਮ ਤੋਂ ਕੱਚੇ ਖੂਹ ਤੱਕ, ਹੁਣ ਤਾਂ ਬਿਲਕੁਲ ਕਾਰਪੇਟਡ ਰੋਡ ਬਣ ਗਿਆ। ਇਹ ਵੀ ਇੱਥੇ ਟੁੱਟਾ, ਪਹਿਲੇ ਖਰਾਬ ਹੈਗਾ ਸੀ, ਜ਼ੇਰ ਤਾਮੀਰ ਸੀ, ਇਹ ਵੀ ਫੁੱਲ ਤਿਆਰ ਹੋ ਗਿਆ ਹੈਗਾ, ਹਲੇ ਡਿਵਾਈਡਰ ਵਗੈਰਾ ਨਹੀਂ ਬਣੇ, ਵੈਸੇ ਤਾਂ ਕਾਰਪੇਟਡ ਰੋਡ ਬਣ ਗਿਆ ਹੈਗਾ। ਮੋਟਰ 'ਤੇ ਚੜ੍ਹਨ ਤੋਂ ਪਹਿਲੇ ਪੰਪ ਆਉਂਦਾ ਹੈਗਾ, ਉੱਥੇ ਰੁਕੇ ਹੈਗੇ, ਅੰਦਰ ਵਾਸ਼ਰੂਮ ਵਗੈਰਾ ਗਏ ਹੈਗੇ, ਫਰੈਸ਼ ਹੋਏ ਹੈਗੇ, ਤੂੰ ਹਵਾ ਸ਼ਵਾ ਚੈੱਕ ਕਰਵਾ ਕੇ ਅਤੇ ਮੋਟਰ 'ਤੇ ਚੜ੍ਹ ਗਏ ਅਲਹਮਦੁਲਿਲਾ। ਪਿੰਡੀ ਭੱਟੀਆਂ ਕ੍ਰਾਸ ਕਰਦੇ ਹੀ ਇਸਲਾਮਾਬਾਦ ਮੋਟਰ 'ਤੇ, ਅਤੇ ਬਾਰਿਸ਼ ਦਾ ਸਾਡਾ ਇਸਤਕਬਾਲ ਕੀਤਾ ਬਾਰਿਸ਼ ਨੇ, ਮੌਸਮ ਕਾਫੀ ਖੁਸ਼ਗਵਾਰ ਹੋ ਗਿਆ ਸੀਗਾ, ਬੱਦਲ ਹੋਏ, ਕਾਫੀ ਬੜਾ ਇੰਜੋਏ ਕੀਤਾ ਮੌਸਮ, ਬਾਰਿਸ਼ ਵੀ ਕਾਫੀ ਹੋਈ ਮੋਟਰ 'ਤੇ, ਤਕਰੀਬਨ ਬੀਰਾ ਇੰਟਰਚੇਂਜ ਤੱਕ ਬਾਰਿਸ਼ ਹੀ ਰਹੀ ਹੈ, ਫੁੱਲ ਇੰਜੋਏ, ਚਿੱਲ ਮਾਹੌਲ ਸੀਗਾ, ਨਜ਼ਰ ਆ ਰਿਹਾ ਦੋਸਤਾਂ ਨੂੰ ਫੁੱਲ ਬਾਰਿਸ਼ ਹੈਗੀ ਆ, ਮੂਸਲਾਧਾਰ ਬਾਰਿਸ਼ ਹੋ ਰਹੀ ਸੀ। ਪਿੰਡੀ ਭੱਟੀਆਂ ਤੋਂ ਲੈ ਕੇ ਬੀਰਾ ਇੰਟਰਚੇਂਜ ਤੱਕ ਸਿਰਫ ਕਾਫੀ ਸਫ਼ਰ ਬਣਦਾ ਹੈਗਾ, ਤਵੀਲ ਸਫ਼ਰ ਸੀਗਾ, ਸਾਰਾ ਬਾਰਿਸ਼ 'ਚ ਅਸੀਂ ਸਫ਼ਰ ਕੀਤਾ, ਮਾਸ਼ਾਅੱਲਾ ਬਹੁਤ ਇੰਜੋਏ ਕੀਤਾ, ਚਿੱਲ ਮਾਹੌਲ ਸੀਗਾ। ਵਿਹਾੜੀ ਵੀ ਫੋਨ ਕੀਤਾ ਸੀ ਦੋਸਤਾਂ ਨੂੰ, ਘਰ ਫੋਨ ਕੀਤਾ, ਕਹਿੰਦੇ ਵੀ ਇੱਥੇ ਬਦਲ ਸਦਲ ਹੋਏ ਆ, ਬਾਰਿਸ਼ ਵਗੈਰਾ ਕਿਣਮਿਣ ਹੋ ਰਹੀ ਹੈ, ਮਤਲਬ ਅਸੀਂ ਵਿਹਾੜੀ ਛੱਡਿਆ ਤਾਂ ਮੌਸਮ ਉੱਥੇ ਵੀ ਸਹੀ ਹੋ ਗਿਆ। ਬਾਹਰ ਫਿਰ ਡਰਾਈਵ ਕਰਨ ਦਾ ਵੀ ਕਾਫੀ ਮਜ਼ਾ ਆਉਂਦਾ, ਉਹ ਵੀ ਦੋਸਤਾਂ ਨਾਲ, ਬੈਸਟ ਹੀ ਦੋਸਤ ਸੀਗੇ, 5 ਪਰਸਨ ਸੀ ਅਸੀਂ, ਮੇਰੇ ਤੋਂ ਇਲਾਵਾ 4 ਬੰਦੇ, 5 ਬੰਦੇ ਵੱਡੀ ਗੱਡੀ ਜਿਵੇਂ ਆਉਂਦੇ ਹੈਗੇ ਆ। ਕਲਰ ਕਹਾੜ ਦੇ ਪਹਾੜ ਨਜ਼ਰ ਆ ਰਿਹਾ ਸਾਹਮਣੇ, ਹਲਕੇ ਹਲਕੇ ਨਜ਼ਰ ਆ ਰਿਹਾ ਪਹਾੜ, ਇਨਸ਼ਾਅੱਲਾ ਕਲਰ ਕਹਾੜ ਪਹੁੰਚ ਗਏ ਹਾਂ, ਤਕਰੀਬਨ 11 ਕੁ ਦਾ ਟਾਈਮ ਹੋ ਗਿਆ। ਇੱਥੇ ਰੁਕੇ ਸੀ ਚੱਕਰੀ ਇੰਟਰਚੇਂਜ, ਮੌਸਮ ਵੀ ਠੀਕ ਹੋ ਗਿਆ, ਬੱਦਲ ਤਾਂ ਹੋਇਆ ਲੇਕਿਨ ਬਾਰਿਸ਼ ਨਹੀਂ ਹੋ ਰਹੀ, ਇਹਨਾਂ ਨੇ ਮਾਹੌਲ ਸ਼ੋਲ ਕਾਫੀ ਬਣਾਇਆ, ਗਰਾਊਂਡ ਵਗੈਰਾ, ਗਰਾਸੀ ਪਲਾਟ ਵਗੈਰਾ, ਓਵਰਫਲਾਈ ਪੁੱਲ ਬਣੇ ਆ ਇੱਥੇ ਪੈਦਲ ਚੱਲਣ ਵਾਸਤੇ, ਬਹੁਤ ਅੱਛਾ ਮਾਹੌਲ ਬਣਾਇਆ ਇਹਨਾਂ ਨੇ, ਗਰਾਸੀ, ਬੜਾ VIP ਮਾਹੌਲ ਸੀਗਾ, ਮੌਸਮ ਵੀ ਅੱਛਾ ਸੀ, ਬਾਰਿਸ਼ ਹੋ ਕੇ ਹਟੀ ਸੀ, ਠੰਡੀ ਠੰਡੀ ਹਵਾ ਚੱਲ ਰਹੀ ਸੀ, ਇੱਥੇ ਚੜ੍ਹ ਇੰਜੋਏ ਕੀਤਾ, ਉਹਨੇ ਥੋੜ੍ਹਾ ਰੈਸਟ ਕੀਤਾ ਹੈਗਾ, ਸੁਬਹਾ ਫਸਟ ਟਾਈਮ 'ਤੇ ਚੱਲੇ ਹੋਏ ਸੀਗੇ, ਤਕਰੀਬਨ 12 ਕੁ ਦਾ ਟਾਈਮ ਹੋ ਗਿਆ ਇੱਥੇ ਚੱਕਰੀ ਇੰਟਰਚੇਂਜ ਆ ਪਹੁੰਚ ਗਏ, ਫਰੈਸ਼ ਹੋਏ, ਵਾਸ਼ਰੂਮ ਵਗੈਰਾ ਗਏ ਹਾਂ, ਮੂੰਹ ਛੂੰਹ ਧੋਤਾ ਹੈਗਾ, ਮਾਹੌਲ ਸ਼ੋਲ ਕਾਫੀ ਅੱਛਾ ਸੀਗਾ,
ਇੱਥੇ ਦੋਸਤਾਂ ਨੇ ਸਿਗਨਲ ਵੀ ਆ ਰਹੇ ਸੀ ਨੈੱਟ ਦੇ, ਮਸ਼ਾਲਾ 4G ਆ ਰਿਹਾ ਸੀ, ਕਾਫੀ ਸਪੀਡ ਹੈਗੀ ਸੀ ਨੈੱਟ ਦੀ, ਝੱਟ ਇੰਜੋਏ ਕੀਤਾ ਦੋਸਤਾਂ ਨਾਲ, ਫੇਰੇ ਟੁਰੇ ਆ ਕੇ। ਮਾਹੌਲ ਬਹੁਤ ਪਿਆਰਾ ਸੀ ਇੱਥੇ, ਗ੍ਰੈਸਰੀ ਪਲੋਟ ਦੋਨਾਂ ਸਾਈਡਾਂ 'ਤੇ ਬਣੇ ਹੋਏ ਸੀ, ਕਿ ਆਮੋ ਤੋਂ ਆਮ ਬਹੁਤ ਅੱਛਾ ਬਣਿਆ ਚੱਕਰੀ ਦਾ, ਸਾਫ਼ ਸੁਥਰਾ ਖੁੱਲ੍ਹਾ ਮਾਹੌਲ ਹੈਗਾ, ਫਰੈਸ਼ ਬੰਦਾ ਇੱਕ ਵਾਰ ਈਜ਼ੀ ਹੋ ਜਾਂਦਾ, ਕਿਉਂਕਿ ਗ੍ਰੀਨਰੀ ਬਹੁਤ ਜ਼ਿਆਦਾ ਹੈਗੀ ਇੱਥੇ। ਇੱਥੋਂ ਨਿਕਲਦੇ ਹਾਂ, ਦੋਸਤ ਵਗੈਰਾ ਜ਼ਰਾ ਸੈਲਫੀਆਂ ਵਗੈਰਾ ਲੈ ਰਹੇ ਨੇ, ਟਿਕਟੋਕਾਂ ਬਣ ਰਹੀਆਂ ਜਨਾਬ। ਲਓ ਜੀ ਅਲਹਮਦੁਲਿਲਾ ਪਹੁੰਚ ਆਏ ਹਾਂ ਅਸੀਂ ਇਸਲਾਮਾਬਾਦ ਇੰਟਰਚੇਂਜ 'ਤੇ ਪਹੁੰਚ ਆਏ, ਕਾਫੀ ਬੜਾ ਇੰਟਰਚੇਂਜ ਹੈਗਾ। ਇਸ ਤੋਂ ਪਹਿਲੇ ਮੇਰੇ ਕੋਲ ਗੱਡੀ ਹੈਗੀ ਸੀ, ਉਹਦੇ 'ਤੇ ਲੱਗਿਆ ਐਮਟੈਗ ਲੱਗੇ ਹੋਏ ਸੀ, ਅਸੀਂ ਉਸੇ ਭੁਲੇਖੇ ਇੱਧਰ ਵੜ ਗਏ ਹਾਂ ਆਪਣੇ ਉਹ 'ਚ ਐਮਟੈਗ ਵਾਲੇ ਰੈਕ ਦੇ ਵਿੱਚ, ਲੇਕਿਨ ਸਾਹਮਣੇ ਯਾਦ ਆ ਗਿਆ ਗੱਡੀ ਨੂੰ ਐਮਟੈਗ ਨਹੀਂ ਹੈਗਾ। ਹਲਕਾ ਜਿਹਾ ਰਿਵਰਸ ਲੈ ਕੇ ਨਾਲ ਵਾਲੇ ਰੈਕ 'ਤੇ ਹੈ ਸੀਗਾ ਨਾਨ ਐਮਟੈਗ ਸਿਸਟਮ, ਉਦੋਂ ਜਨਾਬ ਪਰਚੀ ਦਿੱਤੀ ਹੈਗੀ ਆ, ਟੂਲ ਪਲਾਜ਼ਾ ਭਰਿਆ, ਟੂਲ ਪਲਾਜ਼ਾ ਕਾਫੀ ਵਧੇ ਹੋਇਆ, ਹਰ ਚੀਜ਼ ਦੇ ਟੈਕਸ ਗੌਰਮੈਂਟ ਨੇ ਬਹੁਤ ਜ਼ਿਆਦਾ ਬਣਾ ਕੀਤੇ ਹੋਏ, ਵਧਾਏ ਹੋਏ ਆ। ਇਸਲਾਮਾਬਾਦ ਪਹੁੰਚ ਗਏ ਅਲਹਮਦੁਲਿਲਾ, ਅਸੀਂ ਸਫ਼ਰ ਕਰ ਲਿਆ ਤਕਰੀਬਨ 550 ਕਿਲੋਮੀਟਰ ਹਾੜੀ ਤੋਂ ਲੈ ਕੇ ਇਸਲਾਮਾਬਾਦ ਸਫ਼ਰ ਬਣਦਾ। ਹੁਣ ਜਾ ਰਹੇ ਹਾਂ ਜਨਾਬ ਅਸੀਂ ਪਹੁੰਚ ਗਏ ਹਜ਼ਾਰਾ ਮੋਟਰਵੇ, ਹਜ਼ਾਰਾ ਮੋਟਰਵੇ ਤੋਂ ਮਾਸ਼ਾਅੱਲਾ ਬਹੁਤ ਜ਼ਬਰਦਸਤ ਸੀਨਰੀਆਂ, ਮਾਹੌਲ ਪਹਾੜ ਬਹੁਤ ਜ਼ਬਰਦਸਤ ਬਣਿਆ ਆ। ਪਹਿਲੇ ਤੋਂ ਅਕਸਰ ਰਾਤ ਨੂੰ ਲੰਘਦੇ, ਦਿਨ ਟ੍ਰਿਪ ਅਸੀਂ ਗਏ ਰਾਤ ਨੂੰ ਲੰਘਦੇ ਹੁੰਦੇ ਸੀ, ਲੇਕਿਨ ਐਤਕੀ ਸੁਬਹ ਫਸਟ ਟਾਈਮ ਚੱਲੇ ਸੀ, ਦਿਨ ਦੇ ਟਾਈਮ ਲੰਘ ਰਹੇ ਹਾਂ, ਕਿਉਂਕਿ ਸਾਡਾ ਟਾਰਗੇਟ ਹੈਗਾ ਸੀ ਦਿਨ ਸ਼ਾਮ ਤੱਕ ਮਗਰਬ ਟਾਈਮ ਤੱਕ ਅਸ਼ਾ ਤੱਕ ਅਸੀਂ ਨਾਰਾਨ ਪਹੁੰਚ ਜਾਈਏ, ਕਿਉਂਕਿ ਪਹਿਲਾ ਸਟੇਜ ਸਾਡਾ ਹੈਗਾ ਨਾਰਾਨ, ਜਾ ਕੇ ਉੱਥੇ ਜਾ ਕੇ ਰੁਕਾਂਗੇ, ਜਾ ਕੇ ਦੇਖਦੇ ਹਾਂ ਕੀ ਸੂਰਤ ਹਾਲ ਹੈਗੀ ਆ। ਇਸ ਵਾਸਤੇ ਸੁਬਹ ਸੁਬਹ ਫਸਟ ਟਾਈਮ ਹੀ ਚੱਲ ਪਏ ਸੀ ਕਿ ਸ਼ਾਮ ਤੱਕ ਆਸਾਨੀ ਨਾਲ ਬੰਦਾ ਨਾਰਾਨ ਪਹੁੰਚ ਜਾਂਦਾ, ਰਸਤੇ 'ਚ ਇੰਜੋਏ ਕਰਦਾ ਜਾਂਦਾ। ਦਿਨ ਦਿਨ ਦਾ ਰਸਤਾ ਹੈਗਾ ਵੈ, ਬਾਲਾਕੋਟ ਤੋਂ ਅੱਗੇ ਵੀ ਮਾਹੌਲ ਕਾਫੀ ਆ, ਅਬਸ਼ਰਾਂ ਗਲੇਸ਼ੀਅਰ, ਬੜਾ ਜ਼ਬਰਦਸਤ ਮਾਹੌਲ ਹੈਗਾ ਪਹਾੜਾਂ ਦਾ, ਦਿਨੇ ਦਿਨੇ ਚਲੋ ਬੰਦਾ ਸੈਰ ਕਰਦਾ ਚਲਾ ਜਾਂਦਾ। ਮਾਨਸਰੇ ਅਲਹਮਦੁਲਿਲਾ ਪਹੁੰਚਣ ਵਾਲੇ ਹਾਂ, ਪਹਿਲੇ ਟੈਂਕ ਦੇ ਵਿੱਚ ਵਿਹਾੜੀਓ ਫਿਲ ਕਰਾਈ ਸੀ, ਤਕਰੀਬਨ 48 ਕਿਲੋਮੀਟਰ ਪਿਆ ਸੀ ਪੈਟਰੋਲ, ਹੁਣ ਵੇਖਦੇ ਹਾਂ ਕਿੰਨਾ ਪੈਟਰੋਲ ਪੈਂਦਾ ਮਾਨਸਰੋਂ ਫਿਲ ਕਰਾਉਣੀ ਟੈਂਕੀ। ਲਓ ਜੀ ਤਕਰੀਬਨ 46 ਲੀਟਰਾਂ 'ਚ ਇੱਥੇ ਗੱਡੀ ਪਹੁੰਚੀ ਹੈ ਮਾਨਸਰੇ ਵਿਹਾੜੀਓ ਲੈ ਕੇ, ਤਕਰੀਬਨ 650 ਕਿਲੋਮੀਟਰ ਸਫ਼ਰ ਬਣਦਾ, ਐਵਰੇਜ ਦੋਸਤ ਆਪੇ ਲਾ ਲੈਣ, ਕਮੈਂਟਸ ਵਿੱਚ ਦੱਸੋ ਐਵਰੇਜ ਕਿੰਨੀ ਬਣਦੀ ਹੈ। ਇੱਥੇ ਮਾਨਸਰੇ ਖੜ੍ਹੇ ਹਾਂ, ਮਾਨਸਰ ਇੰਟਰਚੇਂਜ ਮਾਸ਼ਾਅੱਲਾ ਬਹੁਤ ਪਿਆਰਾ ਬਣਿਆ, ਪਹਾੜਾਂ ਦੇ ਵਿੱਚ ਹੀ ਹੈਗਾ ਸਿਲਸਿਲਾ, ਬਹੁਤ ਪਿਆਰਾ ਬੱਦਲ ਸ਼ਦਲ ਨਜ਼ਰ ਆ ਰਿਹਾ ਦੋਸਤਾਂ ਨੂੰ, ਬੜਾ ਮਾਹੌਲ ਸੀਗਾ, ਥੋੜ੍ਹਾ VAP ਠੰਡ ਵੀ ਇੱਥੇ ਤਕਰੀਬਨ ਟੈਂਪਰੇਚਰ ਠੀਕ ਹੁੰਦਾ, ਨਾਰਮਲ ਟੈਂਪਰੇਚਰ ਹੁੰਦਾ, ਇੰਨੀ ਗਰਮੀ ਵੀ ਨਹੀਂ ਹੁੰਦੀ। ਬਾਲਾਕੋਟ ਅਲਹਮਦੁਲਿਲਾ ਕ੍ਰਾਸ ਕਰ ਲਿਆ, ਤਕਰੀਬਨ ਮਗਰਬ ਦਾ ਟਾਈਮ ਹੋਣ ਵਾਲਾ, ਨਾਰਾਨ ਕਾਗਾਨ ਦੇ ਕਰੀਬ ਕਰੀਬ ਹਾਂ ਤਕਰੀਬਨ ਕਾਗਾਨ ਦੇ, ਬਾਕੀ ਨਾਰਾਨ ਪਹੁੰਚ ਕੇ ਸੂਰਤ ਹਵਾ ਲੈਂਦੇ ਹਾਂ, ਕੋਈ ਰੂਮ ਮਿਲਦਾ ਨਹੀਂ ਮਿਲਦਾ, ਰਸ਼ ਆ ਕੇ ਪਤਾ, ਰਸ਼ ਕਾਫੀ ਹੋਣਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਰਸ਼ ਹੈਗਾ, ਰਸ਼ ਬਹੁਤ ਜ਼ਿਆਦਾ ਹੋਣਾ ਵਾ। 6 ਜੁਲਾਈ ਨੂੰ ਇਨਸ਼ਾਅੱਲਾ ਅਸੀਂ ਨਾਰਾਨ ਪਹੁੰਚ ਰਹੇ ਹਾਂ, 6 ਜੁਲਾਈ ਨੂੰ ਚੱਲੇ ਸੀ। ਨਾਰਾਨ ਬਾਜ਼ਾਰ ਦਾ ਖਚਾ ਖਚ ਫੁੱਲ ਭਰਿਆ ਹੋਇਆ, ਰਸ਼ ਨਜ਼ਰ ਵੀ ਆ ਰਿਹਾ ਦੋਸਤਾਂ, ਸੜਕ ਵੀ ਬੜੀ ਬਲੋਕ ਹੈਗੀ ਸੀ, ਮੈਂ ਅਸੀਂ ਨਾਰਾਨ ਕ੍ਰਾਸ ਕੀਤਾ, ਰੂਮ ਦੀ ਟਰਾਈ ਕੀਤੀ, ਰੂਮ ਵੀ ਨਹੀਂ ਮਿਲਿਆ, ਤਕਰੀਬਨ 9:30 ਦਾ ਟਾਈਮ ਹੋ ਗਿਆ ਸੀਗਾ, ਅੱਗੇ ਨਿਕਲ ਕੇ ਬਾਟਾਕੁੰਡੀ ਸਟੇਅ ਕੀਤਾ ਸੀਗਾ। ਜਗ੍ਹਾ ਬਾਟਾਕੁੰਡੀ ਮਾਸ਼ਾਅੱਲਾ ਬਹੁਤ ਪਿਆਰੀ ਹੈ, ਪੁਰਸਕੂਨ ਮਾਹੌਲ ਆ, ਕੋਈ ਰਸ਼ ਨਹੀਂ ਹੈਗਾ, ਕਮਰੇ ਵਗੈਰਾ ਇੱਥੇ ਵੀ ਨਹੀਂ ਸੀ ਮਿਲੇ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀ ਉਹਨਾਂ ਦਿਨਾਂ, ਜਿਸ ਦਿਨਾਂ ਅਸੀਂ ਗਏ ਸੀ ਰਸ਼ ਬਹੁਤ ਜ਼ਿਆਦਾ ਸੀ। 6 ਜੁਲਾਈ ਨੂੰ ਤਕਰੀਬਨ ਚੱਲੇ ਸੀ ਵਿਹਾੜੀਓ, ਹੁਣ 6 ਜੁਲਾਈ ਦੀ ਰਾਤ ਨੂੰ ਤਕਰੀਬਨ 10:30 ਵਜੇ ਨਾਰਾਨ ਅਸੀਂ ਬਾਟਾਕੁੰਡੀ ਪਹੁੰਚ ਗਏ ਸੀ, ਉੱਥੇ ਜਾ ਕੇ ਸਟੇਅ ਕੀਤਾ ਸੀ, ਰੂਮ ਨਹੀਂ ਮਿਲਿਆ, ਲੇਕਿਨ ਇੱਕ ਖੈਮਾ ਲਿਆ ਸੀ, ਸਾਹਮਣੇ ਨਜ਼ਰ ਆ ਰਿਹਾ ਦੋਸਤਾਂ ਨੂੰ ਨੀਲਾ, ਬਹੁਤ ਇਹ ਖੈਮਾ ਲਿਆ ਸੀ, ਸਾਫ਼ ਸੁਥਰਾ ਮਾਹੌਲ ਸੀ, ਅੰਦਰ ਵੀ ਦਿਖਾਉਣੇ ਦੋਸਤਾਂ ਨੂੰ, ਬੜਾ ਐਡਵੈਂਚਰ ਸੀ ਮਾਸ਼ਾਅੱਲਾ। 4 ਪਹੀਆਂ ਹੋਟਲਾਂ ਦਾ ਅਕਸਰ ਸੌਂਦਾ ਹੈਗਾ, ਲੇਕਿਨ ਖੈਮੇ 'ਚ ਸੌਣ ਦਾ ਮਜ਼ਾ ਹੀ ਅਲੈਦਾ ਸੀ, ਕਾਫੀ ਹੱਲਾ ਗੁੱਲਾ ਹੋਇਆ ਦੋਸਤਾਂ ਨਾਲ, ਬੜਾ ਇੰਜੋਏ ਕੀਤਾ ਇੱਥੇ ਰਹਿ ਕੇ, ਮਾਹੌਲ ਸ਼ੋਲ ਦਿਖਾ ਰਹੇ ਹਾਂ ਦੋਸਤਾਂ ਨੂੰ, ਕਾਫੀ ਸਾਫ਼ ਸੁਥਰਾ ਮਾਹੌਲ ਆ। ਬਾਟਾਕੁੰਡੀ ਇੰਟਰ ਹੁੰਦੇ ਆ ਪਹਿਲੇ ਹੀ ਆ, ਪੁੱਲ ਤੋਂ ਪਹਿਲੇ ਹੀ, ਇਸ ਤੋਂ ਬਾਟਾਕੁੰਡੀ ਅੱਗੇ ਹੈਗਾ ਵਾ, ਪਹਾੜਾਂ ਸ਼ਹਾੜ ਮਾਸ਼ਾਅੱਲਾ ਬਹੁਤ ਜ਼ਬਰਦਸਤ ਮਾਹੌਲ, ਮੌਸਮ ਵੀ ਬਹੁਤ ਅੱਛਾ ਹੁੰਦਾ, ਨਾਰਾਨ ਵਾਲੋਂ ਜ਼ਿਆਦਾ ਠੰਡ ਹੁੰਦੀ ਬਾਟਾਕੁੰਡੀ, ਕਿਉਂਕਿ ਅੱਗੇ ਜਿੰਨਾ ਜਾਈ ਜਾਓਗੇ ਉਹ ਬੁਲੰਦੀ 'ਤੇ ਠੰਡ ਹੁੰਦੀ ਜਾਂਦੀ ਹੈ। ਇਹ ਜਨਾਬ ਅੰਦਰ ਦਾ ਮਾਹੌਲ ਹੈਗਾ ਸਾਡਾ, ਕੈਂਪ ਜਿਹੜਾ ਲਿਆ ਸੀ,
ਬਿਸਤਰੇ ਵੀ ਸਾਫ਼ ਸੁਥਰੇ ਹੈਗੇ ਸੀਗੇ, ਕੰਬਲ ਵਗੈਰਾ ਰਜ਼ਾਈਆਂ ਵਗੈਰਾ ਨੀਚੇ ਲਗਾਏ ਹੋਏ ਸੀ ਸਾਈਡਾਂ 'ਤੇ, ਆ ਮਾਹੌਲ ਸ਼ੋਲ ਵਿੰਡੋ ਸ਼ਿੰਡੋ ਬਣੀਆਂ ਸੀ, ਵਿੰਡੋ ਖੋਲ੍ਹਦੇ ਸੀ ਤਾਂ ਠੰਡੀ ਹਵਾ ਆਉਂਦੀ ਸੀ, ਏ ਸੀ ਚੱਲ ਰਿਹਾ ਹੁੰਦਾ, ਰਾਤ ਨੂੰ ਬੰਦ ਕਰਕੇ ਸੁੱਤੇ ਸੀ। ਨਾਲ ਵਾਸ਼ਰੂਮ ਹੈਗਾ ਸਾਹਮਣੇ, ਇੱਕ ਹੋਰ ਪਾਰਟੀ ਨਾਲ ਆਈ ਸੀ, ਉਹਨਾਂ ਨੇ ਆਪਣਾ ਖਾਣਾ ਪਕਾਉਣਾ ਨਾਲ ਸਿਸਟਮ ਕੀਤਾ ਸੀ, ਮੋਟਰਸਾਈਕਲ ਟੂਰ ਹੈਗਾ ਸੀ ਉਹਨਾਂ ਦਾ, ਮਜ਼ਾ ਵੀ ਇਸ ਤਰ੍ਹਾਂ ਆਉਂਦਾ। ਚਾਹ ਸੁਬਹਾ ਸੁਬਹਾ ਰੱਖੀ ਸੀ ਉਹਨਾਂ ਨੇ, ਪਕਾ ਰਹੇ ਸੀ ਆਪਣੇ ਨਾਸ਼ਤੇ ਦਾ ਸਮਾਨ। ਅਸੀਂ ਤਾਂ ਉੱਠੇ ਹਾਂ, ਨਹਾਉਣ ਦਾ ਇੰਤਜ਼ਾਮ ਨਹੀਂ ਸੀ ਹੈਗਾ, ਥੋੜ੍ਹੇ ਅੱਗੇ ਗਏ ਹਾਂ, ਉੱਥੇ ਹੋਟਲ ਮਿਲਿਆ, ਹੋਟਲ ਦੇ ਨਹਾ ਸ਼ਾ ਕੇ ਫਿਰ ਰੈਡੀ ਹੋ ਕੇ ਫਿਰ ਅੱਗੇ ਗਏ ਸੀ। ਇੱਥੇ ਤਾਂ ਮੁਕਾਮੀ ਲੋਕਾਂ ਨੇ ਖੇਤੀ ਕੀਤੀ ਹੋਈ ਹੈ, ਮਟਰ ਬੀਜੇ ਆ, ਮਟਰ ਮਕਾਈ ਆਲੂ ਵਗੈਰਾ ਇੱਥੇ ਹੋ ਜਾਂਦੇ ਆ। ਮਟਰਾਂ ਦੇ ਪੌਦੇ ਖੜ੍ਹੇ ਛੋਟੇ ਛੋਟੇ ਹੀ, ਹਾਲੇ ਖਾਦ ਵਗੈਰਾ ਵੀ ਪਾਈ ਹੋਈ ਹੈ, ਖਾਦ ਨਜ਼ਰ ਆ ਰਹੀ ਹੈ, ਯੂਰੀਆ ਖਾਦ ਵੀ ਪਾਈ ਹੋਈ ਹੈ। ਪਾਣੀ ਪੂਣੀ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ, ਅਕਸਰ ਬਾਰਿਸ਼ਾਂ ਹੁੰਦੀਆਂ ਰਹਿੰਦੀਆਂ, ਰੁਜ਼ਗਾਰ ਲੋਕਾਂ ਦਾ ਹੈਗਾ ਹੈ ਥੋੜ੍ਹਾ ਬਹੁਤ। ਪਹਾੜੀ 'ਤੇ ਪਈ ਆ ਬਰਫ਼, ਮੌਸਮ ਜ਼ਰਾ ਠੰਡਾ ਹੈਗਾ ਕਾਫ਼ੀ। ਇਸ ਹੋਟਲ ਸਟੇਅ ਕੀਤਾ ਸੀ ਸਕਾਈ, ਨਿਊ ਸਕਾਈ ਲਾਰਕ, ਇਹਨਾਂ ਦਾ ਰੂਮ ਸ਼ੂਮ ਤਾਂ ਨਹੀਂ ਮਿਲਿਆ, ਲੇਕਿਨ ਉਹ ਖੈਮਾ ਸਾਨੂੰ ਮਿਲਿਆ ਸੀ। ਚਲੋ ਅਸੀਂ ਖੈਮੇ 'ਚ ਵੀ 5-7 ਘੰਟੇ ਸੌਣਾ ਸੀ, ਖੈਮੇ 'ਚ ਹੀ ਸੌਣ ਲਿਆ, ਕਿ ਨਾਲੇ ਐਡਵੈਂਚਰ ਹੋ ਗਿਆ। ਇਹਦਾ ਖੈਮੇ ਦਾ ਵੀ 5,000 ਰੁਪਏ ਮੰਗਦੇ ਸੀ, ਲੇਕਿਨ ਕਾਫ਼ੀ ਬਹਿਸ ਹੋ ਬਹਿਸ ਤੋਂ ਬਾਅਦ 2,500 ਫਿਕਸ ਹੋਇਆ, ਫਾਈਨਲ ਹੋਇਆ, 2,500 ਲਿਆ ਸੀਗਾ ਖੈਮਾ। ਆਰਾਮ ਨਾਲ ਸਕੂਨ ਕੀਤਾ, ਨਾਲ ਹੀ ਕਿ ਥੋੜ੍ਹੇ ਅੱਗੇ ਜਾ ਕੇ ਹੋਟਲ ਹੈਗਾ ਸੀਗਾ, ਖਾਲੀ ਮਿਲ ਗਿਆ ਸਾਨੂੰ, ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਨਹਾਉਣਾ ਵਾਸ਼ਰੂਮ ਇਸਤੇਮਾਲ ਕਰਨਾ, ਉਹਨਾਂ ਨੇ 1,000 ਰੁਪਏ ਸਾਨੂੰ, 5 ਬੰਦੇ ਸੀ, ਨਹਾਉਣਾ ਸੀ ਗਰਮ ਪਾਣੀ ਨਾਲ, ਨਹਾ ਨਹੁ ਕੇ ਫਰੈਸ਼ ਹੋਏ ਆ। ਮਾਹੌਲ ਇੱਥੇ ਬੜਾ ਪਿਆਰਾ ਸੀ, ਬਾਟਾ ਕੁੰਡੀ ਹੈ ਵੀ, ਹਾਲੇ ਬਾਟਾ ਕੁੰਡੀ ਮੇਨ ਸ਼ਹਿਰ ਸਟਾਰਟ ਨਹੀਂ ਹੋਇਆ, ਸ਼ਹਿਰ ਤੋਂ ਪਿੱਛੇ ਹੀ ਆ, ਪੁੱਲ ਤੋਂ ਪਿੱਛੇ ਹੀ ਆ, ਹਾਲੇ ਨਜ਼ਰ ਆ ਰਿਹਾ ਪਹਾੜਾਂ 'ਤੇ ਬੱਦਲ ਵਗੈਰਾ ਕਾਫ਼ੀ ਹੈਗੇ ਆ, ਮੌਸਮ ਕਾਫ਼ੀ ਠੰਡਾ ਸੀ। ਇੱਥੇ ਪਹਾੜ ਵੀ ਲੋਕਾਂ ਦੀ ਮਲਕੀਅਤ ਹੈਗੀ ਆ, ਅਬਾਓ ਅਜਦਾਦ ਤੋਂ ਸਿਸਟਮ ਤੁਰਿਆ ਆ ਰਿਹਾ ਇਹਨਾਂ ਦਾ ਵੀ, ਜਾਇਦਾਦ ਦੀ ਸਿਸਟਮ ਹੈਗਾ, ਪਹਾੜ ਹਰ ਬੰਦੇ ਦਾ ਆਪਣਾ ਲੈ ਲੱਗਦਾ, ਪਹਾੜ ਮਤਲਬ ਇਹਨਾਂ ਦੀ ਮਲਕੀਅਤ ਆ। ਉਹਨਾਂ ਨੇ ਵੇਚਿਆ ਜਿੱਥੇ ਵਾਦੀ ਹੈਗੀ ਬਾਟਾ ਕੁੰਡੀ, ਜਗ੍ਹਾ ਕਾਫ਼ੀ ਖੁੱਲ੍ਹੀ ਹੈਗੀ ਆ, ਵੇਚਿਆ ਜਿੱਥੇ ਖੇਤ ਬਣਾਏ ਛੋਟੇ ਛੋਟੇ, ਪਾਣੀ ਵਗੈਰਾ ਇੱਥੇ ਲਾਉਣਾ ਨਹੀਂ ਪੈਂਦਾ, ਬਾਰਿਸ਼ ਦਾ ਪਾਣੀ ਆ ਜਾਂਦਾ ਤਕਰੀਬਨ ਅਕਸਰ। ਇਹਨਾਂ ਨੇ ਮਟਰ ਅਤੇ ਆਲੂ ਦੀ ਫਸਲ ਆਮ ਹੀ ਲਗਾਈ ਹੋਈ ਆ, ਹਰ ਬੰਦੇ ਨੇ ਇਹੀ ਸਿਸਟਮ ਕੀਤਾ ਜਿਹਨਾਂ ਕੋਲ ਜਗ੍ਹਾ ਹੈਗੀ ਆ। ਲੋਕੇਸ਼ਨ ਬੜੀ ਪਿਆਰੀ, ਪਹਾੜਾਂ 'ਚ ਬਰਫ਼ਬਾਰੀ ਵੀ, ਠੰਡ ਦੀ ਜ਼ਰਾ ਹੈਗੀ ਆ, ਨਹਾਉਣ ਛਾਣ ਲੱਗੇ, ਨਹਾ ਕੇ ਨਿਕਲਦੇ ਆ ਅੱਗੇ। ਇਹ ਮਟਰ ਵਗੈਰਾ ਲੋਕਾਂ ਨੇ ਲਾਏ ਹੋਏ ਆ, ਲੋਕਲ ਲੋਕ ਇੱਥੇ ਖੇਤੀਬਾੜੀ ਕਰਦੇ ਜਿਹੜੇ ਮਾੜੀ ਮੋਟੀ। ਕੰਸਟਰਕਸ਼ਨ ਇੱਥੇ ਕਾਫ਼ੀ ਹੋ ਰਹੀ ਹੈ, ਐਕਸੀਵੇਟਰ ਮਸ਼ੀਨਾਂ ਵਗੈਰਾ ਖੜ੍ਹੀਆਂ ਵਾ, ਉਹ ਸਾਹਮਣੇ ਹੋਟਲ ਵੀ ਬਣ ਰਿਹਾ। ਦੂਸਰੇ ਨਾਲ ਦੇ ਦੋਸਤ ਨਹਾ ਰਹੇ ਆ, ਮੈਂ ਨਹਾ ਨਹੁ ਕੇ ਨਿਕਲਦੇ ਹਾਂ। ਇਹ ਵੀ ਕੰਮ ਸ਼ੰਮ ਹੋ ਰਿਹਾ, ਹੋਟਲ ਛੋਟਲ ਹੀ ਬਣ ਰਹੇ ਨੇ, ਥੀਏਟਰ ਚੱਲ ਰਿਹਾ, ਮਸ਼ੀਨ ਚੱਲ ਰਹੀ ਹੈ ਕੁੱਕੜ ਜਿਹਾ। ਹੋ ਕੇ ਰੈਡੀ ਜਨਾਬ, ਨਹਾ ਸ਼ਹਾ ਕੇ ਤੁਰ ਪਏ ਅੱਗੇ, ਜਗ੍ਹਾ ਜਗ੍ਹਾ ਚਸ਼ਮੇ ਚੱਲ ਰਹੇ ਨੇ। ਇਹ ਤਕਰੀਬਨ ਨਰਾਨ ਕਾਗਾਨ ਤੋਂ ਅੱਗੇ ਸ਼ੁਰੂ ਹੋ ਜਾਂਦਾ ਸਿਸਟਮ ਹੈ ਚਸ਼ਮਿਆਂ ਦਾ, ਗਲੇਸ਼ੀਅਰ ਦਾ, ਕਾਫ਼ੀ ਮਾਹੌਲ ਹੈਗਾ। 7 ਜੁਲਾਈ ਦੂਸਰਾ ਦਿਨ ਹੋ ਗਿਆ ਸਾਨੂੰ, ਨਾਸ਼ਤਾ ਕਰਨ ਅੱਗੇ ਨਾਲ ਹੀ ਝੀਲ ਹੈਗੀ ਲੋਲੋ ਸਰ, ਇੱਥੇ ਆਬਸ਼ਾਦ ਰੁਕੇ ਸੀਗੇ,
ਫਰੂਟ ਵਾਲਾ ਖੜਾ ਥੱਲੇ, ਚੈਰੀ ਜਨਾਬ ਬੜਾ ਮਾਹੌਲ ਸੀ, ਚੈਰੀ ਖਾਧੇ। ਲੋ ਜੀ ਮਾਸ਼ਾਅੱਲਾ ਪਹੁੰਚੇ ਹਾਂ ਲੋਲੋਸਰ ਝੀਲ 'ਤੇ ਪਹੁੰਚ ਆਏ ਹਾਂ। ਰਸ਼ ਇੱਥੇ ਵੀ ਕਾਫੀ ਹੈਗਾ ਕਿਉਂਕਿ ਅੱਜ ਕੱਲ੍ਹ ਹੈ ਰਸ਼ ਦੇ ਦਿਨ ਹੈਗੇ ਆ। ਇਹ ਦੋਸਤ ਹੈਗਾ ਹਮਸਾਇਆ ਉੱਥੇ ਸਾਡਾ ਰਤੜ ਵਿਰਕ ਹੈਗਾ ਮੁੰਡਾ, ਇੱਥੇ ਹੋਟਲ, ਇੱਥੇ ਇੱਕੋ ਹੀ ਹੋਟਲ ਹੈਗਾ, ਖਾਣ ਪੀਣ ਦਾ ਸਿਸਟਮ ਹੈਗਾ, ਰਿਹਾਇਸ਼ ਨਹੀਂ ਹੈ। ਲੋਲੋਸਰ ਝੀਲ 'ਤੇ ਲੇਕ ਵਿਊ ਹੋਟਲ, ਉੱਥੇ ਸ਼ਿਫ ਹੈਗਾ ਮੁੰਡਾ, ਬਹੁਤ ਅੱਛਾ ਉਹਦਾ ਹੱਥ ਜ਼ਾਇਕਾ ਬਹੁਤ ਅੱਛਾ ਹੈਗਾ। ਪਿਛਲੀ ਦਫ਼ਾ ਆਇਆ ਸੀ ਤਾਂ ਉਹ ਭਾਈ ਕੋਲੋਂ ਨਾਸ਼ਤਾ ਵੀ ਅਤੇ ਖਾਣਾ ਵੀ ਭਾਈ ਕੋਲੋਂ ਖਾਧਾ ਸੀ ਰਾਤ ਦਾ। ਅਤੇ ਹੁਣ ਸੁਬਹਾ ਨਾਸ਼ਤਾ ਇਹ ਕਰਕੇ ਤਾਂ ਫਿਰ ਅੱਗੇ ਨਿਕਲਦੇ ਹਾਂ ਫਿਲਹਾਲ ਦਾ। ਨੀਚੇ ਆਏ ਹਾਂ ਝੀਲ 'ਤੇ, ਲੋਲੋਸਰ ਝੀਲ ਦੇ ਦੋਸਤੋ ਨਜ਼ਾਰੇ ਦਿਖਾ ਰਹੀ ਹੈ। ਪਾਣੀ ਬਹੁਤ ਠੰਡਾ ਹੁੰਦਾ, ਇਹਦਾ ਮਾਹੌਲ ਵੀ ਕਾਫੀ ਸੀਗਾ, ਰਸ਼ ਵੀ ਕਾਫੀ ਸੀ, ਨਜ਼ਰ ਆ ਰਿਹਾ ਹਵਾ ਸ਼ਵਾ ਚੱਲ ਰਹੀ ਹੈ। ਪਾਣੀ ਹੈ ਕਾਫੀ ਲੰਬੀ ਚੌੜੀ ਝੀਲ ਆ, ਬਹੁਤ ਜ਼ਖੀਰਾ ਪਾਣੀ ਦਾ ਇੱਥੇ, ਪਾਣੀ ਬਿਲਕੁਲ ਠੰਡਾ ਬਰਫ਼ ਵਰਗਾ ਪਾਣੀ ਹੁੰਦਾ। ਅਲਹਮਦੁਲਿਲਾ ਪਹੁੰਚ ਗਏ ਜਨਾਬ, ਅਸੀਂ ਲੋਲੋਸਰ ਝੀਲ 'ਤੇ ਪਹੁੰਚ ਗਏ। ਸੁਬਹ 7 ਵਜੇ ਚੱਲੇ ਸੀ, 8 ਵਜੇ ਬਾਟਾਕੁੰਡੀ ਰੁਕੇ ਸੀ, ਸਟੇਅ ਕੀਤਾ ਸੀ। ਇੱਥੇ ਸਾਡੇ ਹਮਸਾਏ ਹੈਗੇ ਆ ਜਨਾਬ ਖਾਨ ਸਾਹਿਬ, ਫਿਰਕ ਭਾਈ, ਇਮਤਿਆਜ਼ ਭਾਈ ਹੈਗੇ ਨੇ, ਇੱਥੇ ਲੋਲੋਸਰ 'ਤੇ ਹੁੰਦੇ ਨੇ। ਹੋਟਲ ਹੈਗਾ ਇੱਥੇ ਹੈ ਲੇਕ ਵਿਊ, ਇੱਥੇ ਸ਼ਿਫ ਹੈਗਾ ਪੂਰਾ ਅਮਲਾ ਇਹਨਾਂ ਦਾ। ਇੱਥੇ ਆਏ ਜਨਾਬ ਕੋਲ ਨਾਸ਼ਤਾ ਕਰਦੇ ਹਾਂ, ਸਜਾਣਾ ਸਕਰਦੂ ਦੋਸਤਾਂ ਨੂੰ ਪਤਾ ਹੀ ਹੈ। ਅੱਗੇ ਚੱਲ ਕੇ ਦੋਸਤਾਂ ਨੂੰ ਦਿਖਾਉਂਦੇ ਹਾਂ ਸਾਰੀ ਸੂਰਤ ਹਾਲ। ਰਸ਼ ਵਗੈਰਾ ਹਰ ਜਗ੍ਹਾ 'ਤੇ ਕਾਫੀ, ਇੱਥੇ ਵੀ ਕਾਫੀ ਰਸ਼ ਹੈਗਾ, ਗੱਡੀਆਂ ਵਗੈਰਾ ਕਾਫੀ ਲੱਗੀਆਂ ਹੋਈਆਂ, ਮੌਸਮ ਵੀ ਬੱਦਲ ਵਗੈਰਾ ਹੋਏ ਆ, ਕਾਫੀ ਠੰਡਾ ਮੌਸਮ, ਕਾਫੀ ਠੰਡਾ ਮੌਸਮ ਹੈ ਜੀ। ਕੀ ਮਹਿਸੂਸ ਕਰ ਰਹੇ ਹੋ, ਕੀ ਮਹਿਸੂਸ ਕਰ ਰਹੇ ਹੋ ਤੁਸੀਂ, ਠੰਡ ਲੱਗ ਰਹੀ? ਮੈਂ ਕਹਿੰਦਾ ਜੀ ਬਹੁਤ ਜ਼ਿਆਦਾ ਜੀ, ਇੰਜੋਏ ਕਰ ਰਹੇ ਹਾਂ। ਖਾਨ ਸਾਹਿਬ ਹੁਣ ਕਿਤੇ ਬਰਫ਼ਬਾਰੀ ਦਾ ਮੂਡ ਸ਼ੂਡ ਬਣ ਜਾਂਦਾ ਅੱਜ ਕੱਲ੍ਹ, ਕਿਹਦੀ ਹੋ ਜਾਂਦੀ? ਲਾਸਟ ਪਿੱਛੇ ਵੀ ਪਈ ਸੀਗੀ ਇੱਥੇ, ਉੱਤਰ ਬਾਬੂ ਸਰ ਤਾਂ ਹੁੰਦੀ ਰਹਿੰਦੀ ਹੋਣੀ ਅਕਸਰ, ਅੱਜ ਵੀ ਹੋ ਸਕਦਾ ਹੋ ਜਾਏ, ਕੱਲ੍ਹ ਹੋਈ, ਕੱਲ੍ਹ ਸੁਣਿਆ ਕਿ ਹੋਈ ਹੈ। ਚਲੋ ਦੇਖਦੇ ਜਾ ਕੇ ਉੱਥੇ ਵੀ ਉੱਪਰ, ਅੱਲਾ ਖੈਰ ਰੱਖੇ ਕੋਈ ਸਾਗ ਦਾ ਲਾਉਂਦੇ ਹਾਂ। ਬਾਹਰ ਬੈਠੇ ਬਾਹਰ ਹੋ ਗਈ ਕਾਫੀ ਠੰਡ, ਹਵਾ ਬਿਲਕੁਲ ਠੰਡੀ ਚੱਲ ਰਹੀ ਸੀ, ਠੰਡ ਲੱਗਣ ਲੱਗ ਗਈ। ਅਤੇ ਅੰਦਰ ਆ ਗਏ ਹੋਟਲ ਦੇ, ਸ਼ਟਰ ਦੇ ਥੱਲੇ ਸ਼ੇਡ ਬਣਾਇਆ, ਉੱਥੇ ਸ਼ੇਡ ਦੇ ਥੱਲੇ ਆ ਗਏ, ਚਾਰਪਾਈਆਂ ਲਾਈਆਂ, ਹਵਾ ਜ਼ਰਾ ਇੱਥੇ ਘੱਟ ਲੱਗਦੀ ਹੈ, ਸਾਈਡਾਂ 'ਤੇ ਉਹਨਾਂ ਨੇ ਲਾਏ ਆ ਸ਼ੇਡ ਜਿਹਾ ਲਾਏ ਹੋਏ ਲੋਹੇ ਦੇ। ਬਾਕੀ ਨਾਸ਼ਤਾ ਬਣ ਰਿਹਾ, ਬਸ ਰੈਡੀ ਹੈ ਤਕਰੀਬਨ, ਨਾਸ਼ਤਾ ਕਰਕੇ ਨਿਕਲਦੇ ਹਾਂ। ਅਲਹਮਦੁਲਿਲਾ ਜੀ ਬਾਬੂ ਸਰ ਟਾਪ ਪਹੁੰਚ ਗਏ ਹਾਂ, ਚੜ੍ਹਾਈ ਬਹੁਤ ਜ਼ਿਆਦਾ ਵਾ, ਇਹ ਗੱਡੀ ਵੀ ਸਾਹ ਲੈ ਲੈਂਦੀ ਹੈ ਜ਼ਰਾ, ਲਥਾਈ ਫਿਰ ਲਥਾਈ ਸ਼ੁਰੂ ਹੋ ਜਾਣੀ, ਸਦਰਾ ਘੰਟਾ ਡੇਢ ਅਸੀਂ ਇੰਜੋਏ ਕਰਦੇ ਹਾਂ। ਬਾਕੀ ਰਸ਼ ਤਾਂ ਕਾਫੀ ਹੈਗਾ ਇੱਥੇ ਬਾਬੂ ਸਰ ਵੀ, ਅੱਗੇ ਜਾਣ ਵਾਲੀਆਂ ਫੈਮਿਲੀਆਂ ਕਾਫੀ ਆ, ਕੁਛ ਕਰ ਤੂੰ ਗਿਲਗਤ ਆ ਰਿਹਾ, ਕੋਈ ਜਾ ਰਿਹਾ, ਕੋਈ ਇੱਥੇ ਸਟੇਅ ਕੀਤਾ ਕਿਸੇ ਨੇ, ਹਰ ਪਾਸੇ ਰਸ਼ ਹੀ ਰਸ਼। ਜ਼ਿਪ ਲਾਈਨਰ ਆ, ਦੋ ਤਿੰਨ ਜ਼ਿਪ ਲਾਈਨਰ ਲੱਗੀ ਹੋਈ, ਬਲਕਿ 1, 2, 3, 4, 5, 6 ਜ਼ਿਪ ਲਾਈਨਰ ਲੱਗੀ ਹੋਈ। ਕੋਈ ਕਿੱਧਰ ਜਾ ਰਿਹਾ, ਕਿੱਧਰ ਜਾ ਰਿਹਾ, ਰਸ਼ ਕਾਫੀ ਆ, ਹਰ ਬੰਦਾ ਇੱਧਰ ਤੁਰਿਆ ਆਉਂਦਾ। ਟਾਪ ਰਾਈਡ ਜ਼ਿਪ ਲਾਈਨਰ, ਐਨੂੰ ਚੱਲੀ ਇੱਧਰ ਜਾਂਦੇ ਪਏ, ਐਨੂੰ ਜਾਣਾ, ਆਪਾਂ ਮੈਨੂੰ ਗੱਡੀ ਇੱਥੇ ਨਹੀਂ ਆਉਂਦੀ। ਪੇਪਰਾਂ ਚਲੋ ਤੁਸੀਂ ਬੜੇ ਨੇ ਹੈਂ, ਇੱਥੇ ਹੀ ਆ ਗੁਰੂ ਜੀ ਦੀ ਪਰਲੇ ਪਾਸੇ, ਉਹ ਗੁਰੂ ਜੀ ਦੇ ਪਿੱਛੇ ਉਹ।
ਠੰਡ ਬਾਬੂਸਰ ਪਾਸ ਤਾਂ ਬਹੁਤ ਜ਼ਿਆਦਾ ਸੀ, ਲੋਕਾਂ ਨੇ ਨਜ਼ਰ ਆ ਵੀ ਰਿਹਾ ਜਰਸੀਆਂ ਕੰਬਲਾਂ ਲਪੇਟੀਆਂ ਹੋਈਆਂ, ਠੰਡੀ ਹਵਾ ਚੱਲ ਰਹੀ ਸੀ, ਬੱਦਲ ਹੋਏ ਸੀ, ਫੁੱਲ ਮਾਹੌਲ ਸੀ, ਚਿੱਲ ਮਾਹੌਲ ਸੀ, ਆਵਾਮ ਵੀ ਕਾਫੀ ਰਸ਼ ਵਗੈਰਾ ਨਜ਼ਰ ਆ ਰਿਹਾ, ਦੋਸਤਾਂ ਨੂੰ ਕਾਫੀ ਰਸ਼ ਸੀਗਾ, ਗੱਡੀਆਂ 'ਤੇ ਗੱਡੀਆਂ ਚੜ੍ਹੀਆਂ ਹੋਈਆਂ, ਠੰਡ ਫੁੱਲ ਇੰਜੋਏ ਸੀ, ਇੰਜੋਏ ਚਿੱਲ ਮਾਹੌਲ ਸੀ। ਅੱਜ ਦੇ ਵਿਲਾਗ ਦੋਸਤੋ ਇੰਨਾ ਕਿ ਬਿਹਾੜੀ ਤੋਂ ਲੈ ਕੇ ਬਾਬੂਸਰ ਟਾਪ ਤੱਕ ਤੁਹਾਨੂੰ ਸੂਰਤ ਹਵਾਲ ਦਿੱਤੀ ਹੈ ਸਫ਼ਰ ਦੀ, ਬਾਕੀ ਇਸ ਤੋਂ ਸਫ਼ਰ ਅਗਲਾ ਜਿਹੜਾ ਦੋਸਤੋ ਨੂੰ ਦੱਸਦੇ ਅਗਲੇ ਵਲੋਗ ਦੇ ਵਿੱਚ। ਆਪਣਾ ਖਿਆਲ ਰੱਖਿਆ ਜੀ, ਅੱਲਾ ਨਿਗਹਿਬਾਨ।